ਮਾਤਾ ਗੋਜੀ ਦੀ ਕਾਲਜ ਫਤਿਹਗੜ੍ਹ ਸਾਹਿਬ ਵਾਸਤੇ ਬਹੁਤ ਮਾਣ ਵਾਲੀ ਗੱਲ ਆ ਕਿ ਭਾਰਤ ਸਰਕਾਰ ਦੇ ਸਾਇੰਸ ਦੇ ਟੈਕਨੋਲੋਜੀ ਵਿਭਾਗ ਦੇ ਡਿਪਾਰਟਮੈਂਟ ਆਫ ਬਾਇਓ ਟੈਕਨੋਲੋਜੀ ਵੱਲੋਂ ਇਸ ਕਾਲਜ ਨੂੰ ਸਟਾਰ ਸਕੀਮ ਦੇ ਅਧੀਨ ਸ਼ਾਮਲ ਕੀਤਾ ਗਿਆ ਹੈ ਇਸ ਸਕੀਮ ਦੇ ਵਿੱਚ ਮਾਤਾ ਗੋਜੀ ਦੀ ਕਾਲਜ ਦੇ 8 ਡਿਪਾਰਟਮੈਂਟ ਜਿਨ੍ਹਾਂ ਵਿੱਚ ਫਿਜ਼ਿਕਸ, ਕੈਮਿਸਟਰੀ, ਮੈਥਮੈਟਿਕਸ, ਬਾਇਓ ਟੈਕਨੋਲੋਜੀ, ਬੋਟਨੀ, ਜੀਓਲੋਜੀ, ਐਗਰੀਕਲਚਰ ਤੇ ਕੰਪਿਊਟਰ ਸਾਇੰਸ ਸ਼ਾਮਲ ਹਨ ਉਹਨਾਂ ਨੂੰ ਉਹਨਾਂ ਦੀਆਂ ਖਾਸ ਕਰਕੇ ਅੰਡਰਗ੍ਰੈਜੂਏਟ ਕਲਾਸਿਸ ਜਿਹੜੀਆਂ ਹਨ ਉਹਨਾਂ ਨੂੰ ਅਪਗ੍ਰੇਡ ਕਰਨ ਵਾਸਤੇ ਉਹਨਾਂ ਦੀਆਂ ਲੈਬਾਰਟਰੀਜ਼ ਅਪਗ੍ਰੇਡ ਕਰਨ ਵਾਸਤੇ ਤੇ ਵਿਦਿਆਰਥੀਆਂ ਨੂੰ ਮਾਈਨਰ ਸਰਚ ਪ੍ਰੋਜੈਕਟ ਦੇਣ ਵਾਸਤੇ ਇਸ ਸਕੀਮ ਦੇ ਤਹਿਤ ਸਾਨੂੰ ਕਾਫੀ ਵੱਡੀ ਜਿਹੜੀ ਰਕਮ ਹੈ ਉਹ ਗ੍ਰਾਂਟ ਦੇ ਤੌਰ ਤੇ ਵੀ ਮਿਲੇਗੀ ਜਿਹਦੇ ਨਾਲ ਇਸ ਕਾਲਜ ਦੀਆਂ ਲੈਬਸ ਆਧੁਨਿਕ ਬਣ ਜਾਣਗੀਆਂ ਅਤੇ ਵਿਦਿਆਰਥੀ ਜਿਹੜੇ ਇਸ ਕਾਲਜ ਵਿੱਚ ਪੜ੍ਹਦੇ ਹਨ ਖਾਸ ਖਾਸ ਕਰਕੇ ਸਾਇੰਸ ਦੇ ਵਿਦਿਆਰਥੀ ਉਹਨਾਂ ਵਿਦਿਆਰਥੀਆਂ ਨੂੰ ਜਿਹੜੀਆਂ ਲੇਟੈਸਟ ਐਕਸਪੈਰੀਮੈਂਟ ਹੈਗੇ ਆ ਉਹਨਾਂ ਤੱਕ ਪਹੁੰਚੇ ਪਹੁੰਚਾਏ ਜਾਣਗੇ ਮਾਤਾ ਗੁਜਰੀ ਦੀ ਕਾਲਜ ਫਤੇਗੜ ਸਾਹਿਬ ਸ਼ਰੋਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਬੜੀ ਸਰਮੌਰ ਸੰਸਥਾ ਆ ਮਾਣਯੋਗ ਪ੍ਰਧਾਨ ਭਾਈ ਗੋਬਿੰਦ ਸਿੰਘ ਜੀ ਲੋਂਗਵਾਲ ਦੇ ਨਿਸ਼ਾ ਦਿਸ਼ਾ ਨਿਰਦੇਸ਼ਾਂ ਹੇਠ ਚੱਲ ਰਹੀ ਇਹ ਸੰਸਥਾ 1957 ਦੇ ਵਿੱਚ ਸਥਾਪਿਤ ਹੋਈ ਸੀ ਜਿਸ ਨੂੰ ਆਲਰੇਡੀ ਕਾਲਜ ਵਿਦ ਪੋਟੈਂਸ਼ੀਅਲ ਫਾਰ ਐਕਸਲੈਂਸ ਦਾ ਸਟੇਟਸ ਵੀ ਪ੍ਰਾਪਤ ਹੋ ਚੁੱਕਾ ਨੈਕ ਦੁਆਰਾ ਦੋ ਵਾਰ ਹੀ ਇਸ ਕਾਲਜ ਨੂੰ A ਗ੍ਰੇਡ ਮਿਲ ਚੁੱਕਿਆ ਅਤੇ ਉਸ ਤੋਂ ਬਾਅਦ ਇਹ ਕਾਲਜ ਨਾਰਥ ਇੰਡੀਆ ਦਾ ਪਹਿਲਾ ਆਟੋਨਮਸ ਕਾਲਜ ਜਿਹੜਾ ਹੈਗਾ ਉਹ ਬਣਦਾ ਵੀ ਇਸ ਕਾਲਜ ਨੂੰ ਮਾਨ ਪ੍ਰਾਪਤ ਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਫਤਿਹਗੜ ਸਾਹਿਬ ਦੀ ਅਤੇ ਸਾਰੇ ਇਲਾਕੇ ਦੀ ਇਸਰਮੌਰ ਸੰਸਥਾ ਮਾਤਾ ਗੀਰੀ ਕਾਲਜ ਅੱਜ ਸਟਾਰ ਕਾਲਜ ਦੇ ਤੌਰ ਦੇ ਉੱਤੇ ਜਿਹੜੀ ਹੈਗੀ ਆ ਉਹ شمار ਹੋਈ ਆ ਇਸ ਮੌਕੇ ਦੇ ਉੱਤੇ ਅਸੀਂ ਸਾਰੇ ਵਿਦਿਆਰਥੀਆਂ ਨੂੰ ਅਸੀਂ ਸਾਰੇ ਉਹਨਾਂ ਪੁਰਾਣੇ ਵਿਦਿਆਰਥੀਆਂ ਨੂੰ ਵੀ ਜਿਹੜੇ ਇਸ ਕਾਲਜ ਚ ਪੜ੍ਹ ਕੇ ਗਏ ਆ ਉਨਾਂ ਸਾਰਿਆਂ ਨੂੰ ਇਸ ਜਿਹੜੀ ਹੈਗੀ ਆ ਪ੍ਰਾਪਤੀ ਦੇ ਉੱਤੇ ਬਹੁਤ-ਬਹੁਤ ਵਧਾਈ ਵੀ ਹੋਵੇ ਅਤੇ ਮੈਂ ਆਸ ਕਰਦਾ ਇਸ ਸਕੀਮ ਦੇ ਨਾਲ ਇਹ ਕਾਲਜ ਜਿਹੜਾ ਹੈ ਉਹ ਹੋਰ ਉਚੇਰੀਆਂ ਪ੍ਰਾਪਤੀਆਂ ਕਰਨ ਦੇ ਵੱਲ ਜਿਹੜਾ ਹੈ ਉਹ ਅੱਗੇ ਕਦਮ ਵਧਾ ਰਿਹਾ ਹੈ